ਅੱਜ ਤਾਂ ਫੁੱਲੀ ਡੇ ਬਹੁਤ ਜ਼ਿਆਦਾ ਪੈਕਡ ਸੀ ਬਿਕੋਜ਼ ਸਭ ਤੋਂ ਪਹਿਲਾਂ ਤਾਂ ਜਾਣਾ ਸੀ ਹੋਸਪਿਟਲ ਕਿਉਂਕਿ ਮੇਰੇ ਸੈਕਿੰਡ ਟ੍ਰਾਈਮੈਸਟਰ ਦਾ ਫਸਟ ਸਕੈਨ ਸੀ ਅੱਜ ਬੇਬੀ ਬਹੁਤ ਕਿਊਟ ਲੱਗ ਰਿਹਾ ਸੀ ਉਸ ਤੋਂ ਬਾਅਦ ਅਸੀਂ ਗਏ ਸੀ ਕੌਫੀ ਟੇਕ ਅਵੇ ਕਰਾਉਣ ਕਿ ਜਸਮੀਤ ਨੂੰ ਕੌਫੀ ਪੀਣੀ ਸੀ ਐਂਡ ਮੈਂ ਆਪਣੇ ਲਈ ਕਰਾ ਲਏ ਚਿੱਲੀ ਪਰਾਟਾ ਪੈਕ ਬਿਕੋਜ਼ ਇਸ ਤੋਂ ਬਾਅਦ ਡਾਇਰੈਕਟਲੀ ਜਾਣਾ ਸੀ ਸ਼ੋਪਿੰਗ ਕਰਨ ਸਭ ਤੋਂ ਪਹਿਲਾਂ ਸਟੱਫ ਲਿੱਤਾ ਅਸੀਂ ਕਰ ਲਈ ਕੰਬਲ ਬੈਡਸ਼ੀਟਸ ਵਗੈਰਾ ਇਹਦੇ 'ਚ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਦੈਨ ਅਸੀਂ ਡਾਇਰੈਕਟਲੀ ਗਏ ਸੀ ਮੋਲ ਕਿਉਂਕਿ ਜਸਮੀਤ ਨੇ ਕੁਛ ਕੱਪੜੇ ਲੈਣੇ ਸੀ ਐਂਡ ਮੇਰਾ ਮਨ ਆ ਕੁਛ ਫੁੱਟਵੇਅਰ ਲੈਣ ਦਾ ਸੋ ਮੈਂ ਰੋਸੋ 'ਤੇ ਟਰਾਈ ਕੀਤੀ ਹੈ ਬਰਾਊਨ ਵਾਲੀ ਫਿਰ ਕਨਫਿਊਜ਼ਨ ਹੋ ਗਈ ਬਰਾਊਨ ਜਾਂ ਬਲੈਕ ਸੋ ਆਈ ਗੋ ਵਿਦ ਬਰਾਊਨ ਐਂਡ ਜਸਮੀਤ ਦਾ ਖਰਚਾ ਕਰਾ ਕੇ ਨੈਕਸਟ ਲੈਵਲ ਦਾ ਮਜ਼ਾ ਆਉਂਦਾ ਆਲ ਗਰਲਸ ਕੈਨ ਰਿਲੇਟ ਆਊਟਫਿਟ ਵੀ ਮੈਨੂੰ ਪਸੰਦ ਆਈ ਸੀ ਬਟ ਨਹੀਂ ਲਿੱਤੀ ਦੈਨ ਅਸੀਂ ਘਰੇ ਆਏ ਐਂਡ ਘਰੇ ਆਲਰੇਡੀ ਬਹੁਤ ਸਾਰੇ ਪਾਰਸਲ ਸਾਡੇ ਆਈਕੀਆ ਤੋਂ ਆ ਰੱਖੇ ਸੀ ਇਹ ਉਹ ਬਲੈਂਕਿਟ ਹੈ ਜੋ ਲਿੱਤਾ ਫਿਰ ਸਾਰੀ ਚੀਜ਼ਾਂ ਅਨਬੋਕਸ ਕਰਨਾ ਸਟਾਰਟ ਕੀਤਾ ਇਹਦਾ ਪ੍ਰੋਪਰ ਵਲੋਗ ਮੇਰੇ ਚੈਨਲ 'ਤੇ ਆ ਜਾਏਗਾ ਸੋ ਉਹ ਤੁਸੀਂ ਦੇਖ ਲਿਓ ਸੋ ਯਾ ਆਸੀਆ